الله رب العالمين والعاقبة للمتقين والصلاة والسلام على رسوله أرسله إلى الناس كافة كافة بشيرا ونذيرا وداعيا إلى الله بإذنه وسراجا منيرا أما بعد فأعوذ بالله من الشيطان الرجيم بسم الله الرحمن الرحيم قل إن كنتم تحبون الله فاتبعوني يحببكم الله صدق الله مولانا العظيم وبلغنا رسوله النبي الكريم إن الله وملائكته يصلون على النبي يا أيها الذين آمنوا صلوا عليه وسلموا تسليما الصلاة والسلام عليك يا سيدي يا رسول الله الصلاة عليك يا سيدي يا نور الله وعلى آلك وأصحابك يا سيدي يا إمام الأنبياء والمرسلين صلى الله عليك يا رسول الله وسلم عليك يا حبيب الله جڑے جم گئے یار دی صورت تے او نین ہر ہونے آنکھے نے جڑے جم گئے یار دی صورت تے او جڑے جم گئے یار دی صورت تے او نین ہٹانے آنکھے نے در یار دا پل کے بے گئے جو در یار دا مل کے بے گئے جو او پھر اٹھانے آنکھے نے جڑے جم گئے یار دی صورت تے او جڑے جم گئے یار دی صورت تے او نین ہٹانے آنکھے نے جڑے جم گئے یار دی گل مون لکھے سوکھی نبھانی آنکھیے گل مون لکھنی آنکھیے گل مون لکھنی ساکھیے پر کر کے نبھانی ساکھی
ایمان دے دعوے ایک پاسے او ایمان دے دعوے ایک پاسے پر بال کوہاڑے اوتھے نے جڑے جم گئے یار دے صورت تے او جڑے جم گئے یار دے صورت تے او نین ہٹانے اوکھے نے در یار دا ملکے بے گئے جو در یار دا ملکے بے گئے جو او فیری اٹھا یار دے واہ کاری صاحب سلامت رہے جد ناک شکیدہ دس جاوے جدو دل وچ ماہی بس گئے جدو ناک شکیدہ جدو دل وچ ماہی بس جاوے او دو نیرے اکھیں دے اے یارو 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 دنیا تلکانے اکھنے جڑے جم گئے یار دے کیا بات ہے قرآن دی تلاوت کعبے تے مسجد وچ کرنی او سوکھیے پر شیش کٹا کے نیزے تے او پر شیش کٹا کے نیزے تے قرآن سنا نعرہ حیدری 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 حیدر 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 کاری صاحب کیا بات ہے نیزے تے قرآن سنانے اوکھے قرآن دی تلاوت کعبے تے مسجد وچ کرنی او سوکھیے پر شیش کٹا کے نیزے تے او پر شیش کٹا کے نیزے تے قرآن سنانے اوکھے نے جڑے جم گئے یار دے صورت تے او جڑے جم گئے یار دے کیا بات ہے کرے صاحب گل مون لکڑی سوکھی ہے سوکھی ہے پر کر کن بوڑی او یوکھی ہے ایمان دے دعوے ایک پاسے او ایمان دے دعوے ایک پاسے پر بال کوہاڑے اوکھے اے جڑے جم گئے یار دے صورت تے او جڑے جم گئے یار دے صورت تے او نین ہٹانے اے
ਡਰ ਯਾਰ ਦਾ ਮਲਕ ਪੈ ਗਏ ਜੋ ਉਹ ਫੇਰ ਉਠਾਉਣੇ ਔਖੇ ਨੇ ਜਿਹੜੇ ਜਮ ਗਏ ਯਾਰ ਦੇ ਵਾਹ ਕਰ ਸਾਹਿਬ ਸਲਾਮਤ ਸਲਾਮਤ ਰਹੇ ਸਲਾਮਤ ਰਹੇ ਵਾਹ ਜੀ ਵਾਹ ਮਜ਼ਾ ਆ ਗਿਆ ਕਰ ਸਾਹਿਬ ਚੱਸ ਆ ਗਈ ਇਸ ਟਾਈਮ ਮਜਬੇ ਨੂੰ ਚੁੱਕ ਲੈਣਾ ਉਹ ਕਾਲੀ ਸਾਹਿਬ ਦਾ ਮਲਕ ਹੈ ਨਾਰਾਏ ਹੈਦਰੀ ਵਾਹ ਕਰ ਸਾਹਿਬ ਸੁਭਾਨ ਅੱਲਾਹ ਅੱਲਾਹ ਤਾਲਾ ਦੀ ਹਮਦ ਉਹ ਸਲਾਤ ਕੇ ਬਾਅਦ ਕਮਾਲ ਹੈ ਦਰੂਦ ਨਬੀ ਅਕਰਮ ਸ਼ਫੀ ਮੁਅੱਜ਼ਮ ਜਨਾਬ ਅਹਮਦ ਮੁਜਤਬਾ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਦੀ ਬਾਰਗਹ ਆਲੀਆ ਦੇ ਅੰਦਰ ਹਦੀਆ ਦਰੂਦ ਸਲਾਮ ਦਾ ਪੇਸ਼ ਕਰਨ ਤੋਂ ਬਾਅਦ ਨਹਾਇਤ ਹੀ ਵਾਜਬ ਉਲ ਇਹਤਰਾਮ ਅਜ਼ੀਜ਼ ਦੋਸਤੋ ਬਜ਼ੁਰਗੋ ਦੁਆ ਹੈ ਖਾਲਕ ਕਾਇਨਾਤ ਦੀ ਬਾਰਗਾਹ ਅੱਲਾਹ ਤਾਲਾ ਮੈਨੂੰ ਹੱਕ ਸੱਚ ਬਿਆਨ ਕਰਨ ਦੀ ਤੋਫੀਕ ਅਤਾ ਫਰਮਾਏ ਅੱਲਾਹ ਤਾਲਾ ਸਾਡਾ ਰਲ ਬੈਠਣਾ ਆਪਣੀ ਬਾਰਗਾਹ 'ਚ ਕਬੂਲ ਫਰਮਾਏ ਅੱਲਾਹ ਤਾਲਾ ਸਾਡੇ ਸਾਰਿਆਂ ਵਾਸਤੇ ਜ਼ਰੀਆ ਨਜਾਤ ਬਣਾਏ ਖਸੂਸ ਮੇਜ਼ਬਾਨਾਂ ਵਾਸਤੇ ਜ਼ਰੀਆ ਨਜਾਤ ਬਣਾਏ ਅੱਲਾਹ ਤਾਲਾ ਇਸ ਬਾਬਰਕਤ ਮਹਿਫਲ ਦਾ ਸਦਕਾ ਜਿਤਨੇ ਵੀ ਬੇ ਔਲਾਦ ਨੇ ਅੱਲਾਹ ਉਹਨਾਂ ਨੂੰ ਔਲਾਦ ਫਰਮਾਏ ਆਮੀਨ ਆਮੀਨ ਜਿਤਨੇ ਵੀ ਦੋਸਤ ਆਏ ਹੋ ਅੱਲਾ ਸਭ ਦਾ ਆਣਾ ਜਾਣਾ ਕਬੂਲ ਫਰਮਾਏ ਜਿਤਨੇ ਮਹਿਮਾਨ ਆਏ ਨੇ ਅੱਲਾ ਦਾ ਸਭ ਦੇ ਆਣਾ ਜਾਣਾ ਆਪਣੀ ਬਾਰਗਾਹ ਕਬੂਲ ਫਰਮਾ ਕੇ ਸਭ ਦੀਆਂ ਦਿਲ ਦੀਆਂ ਮੁਰਾਦਾਂ ਪੂਰੀਆਂ ਫਰਮਾਏ ਆਮੀਨ ਆਮੀਨ ਡਾਕਟਰ ਮੁਹੰਮਦ ਜ਼ੁਲਫਕਾਰ ਸਾਹਿਬ ਮਾਸ਼ਾਅੱਲਾ ਉਹਨਾਂ ਨੇ ਬੜੀ ਮੁਹੱਬਤ ਨਾਲ ਉਹਨਾਂ ਦੇ ਭਾਈ ਮੁਹੰਮਦ ਆਸਿਫ ਸਾਹਿਬ ਮੁਹੰਮਦ ਜੱਬਾਰ ਸਾਹਿਬ ਭਾਈ ਜ਼ਰਿਆਬ ਸਾਹਿਬ ਔਰ ਅਲੀ ਹਸਨੈਨ ਰਜ਼ਵੀ ਸਾਹਿਬ ਮਾਸ਼ਾਅੱਲਾ ਜਿਨ੍ਹਾਂ ਦੇ ਉਸਤਾਦ ਐਡੇ ਹਸੀਨ ਹੋਣ ਮੁਹੱਬਤ ਕਰ ਜਿਨ੍ਹਾਂ ਦਾ ਉਸਤਾਦ ਐਡਾ ਹਸੀਨ ਹੈ ਫਿਰ ਉਹ ਅਲੀ ਹਸਨੈਨ ਫਿਰ ਨਾਮ ਹੀ ਬੜਾ ਪਿਆਰਾ ਹੈ ਅੱਲਾਹ ਤਾਲਾ ਇਸ ਬੱਚੇ ਨੂੰ ਸਲਾਮਤ ਰੱਖੇ ਕਿਉਂਕਿ ਸਾਡੇ ਪਿੰਡ ਦੀ ਸ਼ਾਨ ਹੈ ਅਲੀ ਹਸਨੈਨ ਅੱਜ ਬੜੀ ਖੁਸ਼ ਨਸੀਬੀ ਕਿਆ ਬਾਤ ਹੈ ਕਿਆ ਬਾਤ ਮਾਸ਼ਾਅੱਲਾ ਅਲੀ ਅਲੀ ਹੋ ਗਿਆ ਤਾਂ ਹੀ ਅਲੀ ਅਲੀ ਹੋਇਆ ਨਾ ਅੱਜ ਮਾਸ਼ਾਅੱਲਾ ਉਸਤਾਦ ਵੀ ਨੇ ਬੈਠੇ ਨੇ ਦੌਰ ਸ਼ਗਿਰਦ ਵੀ ਬੈਠਾ ਹੈ ਔਰ ਬੜੀ ਉਹਨਾਂ ਸ਼ਫਕਤ ਹੈ ਉਸਤਾਦ ਦੀ ਜਿਹੜੇ ਉਹਨਾਂ ਦੀ ਸ਼ਗਿਰਦ ਦੀ ਦਾਵਤ 'ਤੇ ਉਹ ਤਸ਼ਰੀਫ ਲੈ ਕੇ ਆਏ ਅੱਲਾਹ ਤਾਲਾ ਸਭ ਦਾ ਆਣਾ ਜਾਣਾ ਕਬੂਲ ਫਰਮਾਏ ਅਸੀਂ ਸਾਰੇ ਗ੍ਰਾਮੀ ਮੇਰਾ ਟਾਈਮ 'ਤੇ ਵੇਖ ਲਓ ਕਿ 12 ਵੱਜ ਗਏ ਨੇ ਸਾਢੇ ਨਹੀਂ ਵੱਜੇ ਇਹ ਬਸ ਨਾ ਆਉਣਾ ਮੈਂ 2-4 ਘੰਟੇ ਮੈਂ ਬਿਆਨ ਕਰਾਂਗਾ ਉਹ ਜ਼ਿਆਦਾ ਨਹੀਂ ਕਰਾਂਗਾ ਕਬੂਲ ਹੈ ਵਾਹ ਵਾਹ ਕਰੇ ਸੁਭਾਨ ਅੱਲਾਹ ਕਿਉਂਕਿ 12 ਵਜੇ ਤੋਂ ਬਾਅਦ ਮੌਲਵੀ ਦਾ ਬਹਿ ਕੇ ਵੈਸੀ ਤਕਰੀਰ ਭੁੱਲ ਜਾਂਦੀ ਹੈ ਠੀਕ ਹੈ ਨਾ ਜੀ ਤੇ ਇਨਸ਼ਾਅੱਲਾ ਕੋਸ਼ਿਸ਼ ਕਰਾਂਗਾ ਪੂਰੀ ਤੇ ਤੁਸੀਂ ਮੇਰਾ ਸਾਥ ਦਿਓਗੇ ਤੇ ਇਨਸ਼ਾਅੱਲਾ ਜ਼ਰੂਰ ਮਿਹਰਬਾਨੀ ਹੋਏਗੀ ਕਿਉਂਕਿ ਮਾਸ਼ਾਅੱਲਾ ਮੇਰੇ ਤੋਂ ਬੜੇ ਹਸੀਨ ਨਾਥਾਂ ਬੜੀਆਂ ਆਵਾਜ਼ਾਂ ਵਾਲੇ ਮੈਂ ਤਾਂ ਉਹਨਾਂ ਦੇ ਸਾਹਮਣੇ ਕੁਛ ਵੀ ਨਹੀਂ ਹਾਂ ਲੇਕਿਨ ਉਹ ਮਾਸ਼ਾਅੱਲਾ ਇਤਨੇ ਹਸੀਨ ਨਾਥਾਂ ਆਵਾਜ਼ਾਂ ਵਾਲੇ ਔਰ ਉਹਨਾਂ ਤੋਂ ਬਾਅਦ ਫਿਰ ਹੁੰਦਾ ਤਾਂ ਇਮਤਿਹਾਨ ਹੀ ਹੈ ਮੌਲਵੀ ਦਾ ਕਿਉਂਕਿ ਨੰਬਰ ਤੁਸੀਂ ਦੇਣੇ ਹੁੰਦੇ ਨੇ ਸਵੇਰੇ ਕਹੋਗੇ ਫੇਲ ਹੋ ਗਿਆ ਜੀ ਆਪਣਾ ਮੌਲਵੀ ਫੇਲ ਹੋ ਗਿਆ ਜੀ ਇਹ ਨੰਬਰ ਤੁਸੀਂ ਦੇਣੇ ਨੇ ਦੁਆ ਮੈਂ ਮੰਗਣਾ ਕਿ ਅੱਲਾਹ ਤਾਲਾ ਤੁਹਾਨੂੰ ਇਹ ਤੌਫੀਕ ਦੇਵੇ ਨੰਬਰ ਮੈਨੂੰ ਚੰਗੇ ਦੇ ਦਿਓ ਨੰਬਰ ਮੈਨੂੰ ਚੰਗੇ ਦੇ ਦਿਓ ਅਜ਼ੀਜ਼ਾਂ ਨੇ ਗ੍ਰਾਮੀ ਜਿਤਨੇ ਵੀ ਮਹਿਮਾਨ ਆਏ ਨੇ ਅੱਲਾਹ ਤਾਲਾ ਸਭ ਦਾ ਆਣਾ ਜਾਣਾ ਕਬੂਲ ਫਰਮਾਏ ਮੇਰੇ ਜ਼ਿੰਮੇ ਮੌਜੂ ਲਾਇਆ ਇਸ਼ਕੇ ਮੁਸਤਫਾ ਸੁਭਾਨ ਔਰ ਮੈਂ ਇੱਥੇ ਜਦੋਂ ਆਇਆ ਗੇਟ ਦੇ ਦਰਵਾਜ਼ੇ ਦੇ ਉੱਥੇ ਮੈਨੂੰ ਕੰਨ 'ਚ ਕਿਹਾ ਗਿਆ ਕਿ ਜੀ ਇਸ਼ਕੇ ਮੁਸਤਫਾ ਬਿਆਨ ਕਰਨਾ ਸੁਭਾਨ ਅੱਲਾਹ ਸੁਭਾਨ ਲੇਕਿਨ ਯਾਦ ਰੱਖੋ ਸਾਰੇ ਇਸ਼ਕ ਕਾਇਨਾਤ ਦੇ ਅੰਦਰ ਹਰ ਦੁਨੀਆ ਦੇ ਅੰਦਰ ਇਸ਼ਕ ਹਰ ਬੰਦਾ ਕਰਦਾ ਹੈ ਔਰ ਇਸ ਦੁਨੀਆ ਦਾ ਇੱਕ ਕਾਨੂੰਨ ਹੈ ਤੇ ਕਾਇਦਾ ਹੈ ਅਕਸਰ ਇਸ਼ਕ ਕਰਨ ਵਾਲੇ ਕਈ ਐਸੇ ਹੁੰਦੇ ਨੇ ਕਿ ਵੀ ਜਿਹੜੇ ਮਾਰ ਖਾ ਜਾਂਦੇ ਨੇ ਔਰ ਇੱਕ ਆਸ਼ਕ ਹੁੰਦਾ ਹੈ ਔਰ ਇੱਕ ਮਸ਼ੂਕ ਹੁੰਦਾ ਹੈ ਮਸ਼ੂਕ ਉਹ ਹੁੰਦਾ ਜਿਹਦੇ ਕਈ ਆਸ਼ਕ ਹੁੰਦੇ ਨੇ ਔਰ ਲੜਾਈਆਂ ਝਗੜੇ ਪੈ ਜਾਂਦੇ ਨੇ ਪਰ ਕਮਲੀ ਵਾਲਾ ਇੱਕ ਐਸਾ ਅੱਲਾਹ ਦਾ ਮਹਬੂਬ ਹੈ ਜਿਹਦੇ ਉੱਤੇ ਸਾਰਿਆਂ ਦਾ ਇਤਫਾਕ ਹੈ ਅਲਹਮਦੁਲਿਲਾ ਹਜ਼ੂਰ ਐਸੇ ਸਾਰੀ ਕਾਇਨਾਤ ਦੇ ਸਾਰੀ ਕਾਇਨਾਤ ਹਜ਼ੂਰ ਦੀ ਆਸ਼ਕ ਹੈ ਪਰ ਕਿਸੇ ਦਾ ਲੜਾਈ ਝਗੜਾ ਅੱਜ ਤੱਕ ਸੁਣਿਆ ਸਾਰੇ ਇਤਫਾਕ ਕਰਦੇ ਨੇ ਕਮਲੀ ਵਾਲਾ ਸਾਡਾ ਹੈ ਇੱਕ ਕਹਿੰਦਾ ਕਮਲ ਸਾਡੇ ਨੇ ਸਰਕਾਰ ਦੂਸਰਾ ਕਹਿੰਦਾ ਕੋਈ ਇਖਤਲਾਫ ਨਹੀਂ ਕੋਈ ਲੜਾਈ ਝਗੜਾ ਨਹੀਂ ਉਹ ਇੱਕ ਜ਼ਾਤ ਹੈ ਉਹ ਜ਼ਾਤ ਹੈ ਮੁਸਤਫਾ ਸੁਭਾਨ ਮੁਸਤਫਾ ਹੈ ਅੱਛਾ ਵੀ ਕੁਰਾਨ ਸੁਣਨ ਦਾ ਮੂਡ ਹੈ ਬਲਾ ਜੀ ਜੀ ਬਿਸਮਿਲਲਾ ਮਾਸ਼ਾਅੱਲਾ
اکاڑے تو کافی دوست تشریف لے کے آئے نے بھائی رضوی صاحب بھی ماشاءاللہ بڑے میں ویسے نام پہ سنتا رہتا سی اور ایک دو محفلوں دے وچ میں ویسے بھی سنیا سی ویسے نیٹ دے الحمدللہ جو بھی موجود نے تو میں چاہنا کہ وقت بھی 12 بجے تو بعد بڑا حسین جا ہو جاتا ہے ਇੱਥੇ ਕੁਰਾਨ ਦੀ ਜ਼ਰੂਰਤ ਵੀ ਪੇਸ਼ ਆਣੀ ਚਾਹੀਦੀ ਤੇ ਕੁਰਾਨ ਪੜ੍ਹਨਾ ਵੀ ਚਾਹੀਦਾ ਹੈ ਪਿਛਲੀ ਰਾਤੀ ਰਹਿਮਤ ਰੱਬ ਦੀ ਕਰੇ ਬੁਲੰਦਾ ਰੱਬ ਦਾ ਵਾਅਦਾ ਕੀ ਬਾਤ ਰਹਿਮਤ ਮੰਗਰ ਵਾਰਿਆ ਕਾਰਨ ਖੁੱਲਾ ਹੈ ਦਰਵਾਜ਼ਾ ਥੋੜਾ ਜਿਹਾ ਸਪੀਕਰ ਵੀ ਖੋਲ ਦਿਆ ਜੀ ਕਿਉਂਕਿ ਆਵਾਜ਼ ਖੋਲ ਕੇ ਰੱਖ ਤੇ ਸਾਫ਼ ਕਰਕੇ ਰੱਖਣੀ ਹੈ ਅੱਲਾਹ ਰੱਬੁਲ ਆਲਮੀਨ ਨੇ ਇਰਸ਼ਾਦ ਫਰਮਾਇਆ ਕੁਲ ਕੁੰਤੁਮ ਤੁਹਿਬੂਨ ਅੱਲਾਹ قل إن كنتم تحبون الله فاتبعوني يحببكم الله اللہ رب العالمین نے فرمایا محبوب اعلان کر دیو قل دا معنی محبوبا فرما دیجئے فرمایا محبوب اعلان کر دیو اللہ رب العالمین فرمایا قل ان کنتم تحبون اللہ فاتبعونی یحببکم اللہ فرمایا سونے اعلان کر دے اپنی زبان چ یا اللہ دی کی وجہ ہے فرمایا میں جدو اپنی توحید دا اعلان کروایا تے فرمایا اعلان میرا سی پر زبان میرے مصطفیٰ دی فرمایا زبان میرے مصطفیٰ دی اعلان میرا ہے یا اللہ تو خود اعلان کیوں نہیں کیتا اپنے یار تو اعلان کیوں کروایا فرمایا قل هو اللہ احد قل هو الله احد الله الصمد لم يلد ولم يولد ولم يكن له كفوا احد سبحان اللہ فرمایا محبوب تو اعلان کر دے میرے نبی نے اعلان کیتا ہے فرمایا لوگو سن لو میں اعلان کرنا وا اللہ ایک جے اللہ ایک اعلان کرن والا مصطفیٰ اے اللہ اعلان کرواندا اے پیو یا اللہ اے دی وجہ کی اے فرمایا اے دی وجہ اے وے جڑا میرے یار دے اعلان نو من لوے گا میں رب وی من لوا فرمایا میرے یار دی زبان دے اوتے جننے مینوں خدا من لیا میں ربوں کے اعلان کرنا وا قل کنتم تحبون اللہ فتبعونی یحببکم اللہ فرمایا سونے اعلان کر دے یا اللہ کی کرنا ہے فرمایا اعلان کر دے اگر میرے نال محبت کرنا چاہتے ہو فرمایا فتبعونی یحببکم اللہ فرمایا سونے اعلان کر دے اگر کوئی میرے نال محبت کرنا چاہتا ہے سونے فتبعونی سونے تیری تباہ کر لے میں رب اپنا محبوب بنا لوں نعرہ رسال میں انہوں اپنا محبوب بنا لواں گا او محبوب کیڑا ہے جڑا رب فرماندا سونیا جڑا تیرے نال پیار کرے گا جڑا تیرے نال محبت کرے گا میں رب اعلان کرنا وا میرے پیو فتبعونی یحببکم اللہ فرمایا سونیا اعلان تو کر دے محبوب میں محبوب میں بنا لواں گا تاں اسی کہنے میرے نبی پاک صلی اللہ علیہ وسلم دے بارے رب العالمین نے بار بار قرآن دے اندر بیان فرمایا تے رب نے فرمایا سونیا میں رب ہوں کہ تیریاں شاناں قرآن دے اندر بیان کیتیاں نے فرمایا سونیا قرآن میرا ہے پر سونیا تیریاں اداواں تے نازل کراں گا
ਤੇਰੀਆਂ ਅਦਾਵਾਂ ਤੇ ਨਾਜ਼ਲ ਕਰਾਂਗਾ ਸੋਹਣਿਆ ਜੇ ਤੂੰ ਮੱਕੇ ਆਏਗਾ ਕੁਰਾਨ ਮੱਕੇ ਆਏਗਾ ਜੇ ਕੁਰਾਨ ਜੇ ਸੋਹਣਿਆ ਤੂੰ ਮੱਕੇ ਆਏਗਾ ਤੇ ਕੁਰਾਨ ਮੱਕੇ ਆਏਗਾ ਲੈ أقسم بهذا البلد وأرتحل بهذا البلد فرمایا سونیا اس شہر دی قسم یا اللہ وجہ کی ہے فرمایا سونیا ایک کعبہ ایتھے پہلے بھی موجود ہے پر سونیا کعبہ موجود ہے پر قسمہ نہیں کھا دیا قسمہ او دو کھا دیا نے سونیا جدو تیرا قدم ਜਦੋਂ ਸੋਹਣਿਆ ਤੇਰਾ ਕਦਮ ਲੱਗ ਗਿਆ ਤਾਂ ਹੀ ਕਹਿੰਦੇ ਮਹਿਬੂਬੇ ਮਹਿਬੂਬੇ ਕੁਲ ਸੋਹਣਾ ਖਤਮੇ ਰਸੂਲ ਕਿੱਥੋਂ ਲੰਘਦਾ ਗਿਆ ਰੰਗ ਲਾਉਂਦਾ ਗਿਆ ਕਿਉਂਕਿ ਮੇਰੇ ਨਬੀ ਪਾਕ ਦੇ ਗੁਲਾਮੋ ਸੁਣ ਲਓ ਅੱਲਾ ਦਾ ਕੁਰਾਨ ਬਿਆਨ ਕਰਦਾ ਫਰਮਾਇਆ ਸੋਹਣਿਆ ਜੇ ਤੂੰ ਮੱਕੇ ਰਵੇਂਗਾ ਤੇ ਮੈਂ ਮੱਕੇ ਕੁਰਾਨ ਨਾਜ਼ਿਲ ਕਰਾਂਗਾ ਅਗਰ ਸੋਹਣਿਆ ਤੂੰ ਗਾਰ ਵਿੱਚ ਜਾਏਗਾ ਮੈਂ ਕੁਰਾਨ ਗਾਰ ਵਿੱਚ ਭੇਜਾਂਗਾ ਅਗਰ ਸੋਹਣਿਆ ਅਗਰ ਮਦੀਨੇ ਜਾਏਗਾ ਕੁਰਾਨ ਮਦੀਨੇ ਜਦੋਂ ਸੋਹਣਿਆ ਤੂੰ ਮਦੀਨੇ ਜਾਏਗਾ ਤੇ ਕੁਰਾਨ ਮਦੀਨੇ ਜਾਏਗਾ ਪਤਾ ਚੱਲਿਆ ਜੇ ਕੁਰਾਨ ਏਡਾ ਸੋਹਣਾ ਜਿਸ ਨਬੀ ਤੇ ਕੁਰਾਨ ਆਇਆ ਉਹ ਨਬੀ ਕਿੱਡਾ ਸੋਹਣਾ ਨਾਰਾਏ ਰਿਸਾਲਾ ਨਬੀ ਕਿੱਡਾ ਸੋਹਣਾ ਹੈ ਤੇ ਮੇਰੇ ਇਮਾਮ ਉਲੰਬੀਆ ਦੇ ਗੁਲਾਮੋ ਅੱਲਾ ਨੇ ਐਸਾ ਸੋਹਣਾ ਬਣਾਇਆ ਜਿਹੜਾ ਮੇਰੇ ਨਬੀ ਨੂੰ ਵੇਖਦਾ ਏ ਉਹੀ ਮੇਰੇ ਆਕਾ ਦਾ ਗੁਲਾਮ ਬਣ ਜਾਂਦਾ ਏ ਜਿਹੜਾ ਮੇਰੇ ਨਬੀ ਨੂੰ ਵੇਖਦਾ ਏ ਉਹੀ ਗੁਲਾਮ ਬਣ ਜਾਂਦਾ ਏ ਮੇਰੇ ਇਮਾਮ ਲੰਬੀਆ ਦੇ ਗੁਲਾਮੋ ਜਬਰੀਲ ਹਜ਼ੂਰ ਦੀ ਬਾਰਗਾਹ ਵਿੱਚ ਆਏ ਨੇ ਆ ਕੇ ਕਹਿਣ ਲੱਗੇ ਸੋਹਣਿਆ ਅੱਜ ਮੈਂ ਤੈਨੂੰ ਲੈਣ ਵਾਸਤੇ ਆਇਆ ਵਾ ਅੱਲਾ ਨੇ ਫਰਮਾਇਆ ਸੋਹਣਿਆ ਜਾਂ ਆਪਣੇ ਮੇਰੇ ਯਾਰ ਨੂੰ ਲੈ ਕੇ ਜਬਰੀਲ ਆਓ ਜਦੋਂ ਸਰਕਾਰ ਦੀ ਬਾਰਗਾਹ ਵਿੱਚ ਜਬਰੀਲ ਆਏ ਨੇ ਆ ਕੇ ਅਰਜ਼ ਕੀਤੀ ਸੋਹਣਿਆ ਇਲਾਹ ਅਸ਼ਤਾਕ ਇਲਾਲੀ ਕਈ ਕਿਆ ਰਸੂਲ ਅੱਲਾ ਸੁਭਾਨ ਅੱਲਾ ਸੋਹਣਿਆ ਅੱਲਾ ਤੁਹਾਡੀ ਮੁਲਾਕਾਤ ਦਾ ਮੁਸ਼ਤਾਕ ਮੁਸ਼ਤਾਕ ਹੈ ਮੁਸ਼ਤਾਕ ਜਬਰੀਲ ਸਰਕਾਰ ਦੇ ਕਦਮਾਂ ਵਿੱਚ ਬੈਠਾ ਹੈ ਮੇਰੀ ਸਰਕਾਰ ਨੇ ਫਰਮਾਇਆ ਜਬਰੀਲ ਸੁਣਾ ਤੂੰ ਜੰਨਤ ਵਿੱਚ ਰਹਿਣ ਵਾਲਾ ਹੈ ਜੰਨਤ ਵਿੱਚ ਰਹਿਣ ਵਾਲਾ ਹੈ ਦੱਸ ਸਾਡੀ ਬਾਰਗਾਹ ਕੈਸੀ ਸਾਡੀ ਬਾਰਗਾਹ ਕੈਸੀ ਲੱਗੀ ਏ ਅਰਜ਼ ਕੀਤੀ ਸੋਹਣਿਆ ਕੀ ਦੱਸਦਾ ਸੋਹਣਿਆ ਮੈਂ ਤੇ ਇਹੋ ਹੀ ਕਵਾਂਗਾ ਨਾ ਜੰਨਤ ਕੀ ਕਲੀਓ ਮੈਂ ਦੇਖਾ ਨਾ ਜੰਨਤ ਕੀ ਕਲੀਓ ਮੈਂ ਦੇਖਾ ਮਜ਼ਾ ਜੋ ਮੁਹੰਮਦ ਕੀ ਤਲੀਓ ਮੈਂ ਦੇਖਾ ਮਜ਼ਾ ਜੋ ਮੁਹੰਮਦ ਕੀ ਤਲੀਓ ਮੈਂ ਦੇਖਾ ਮੇਰੇ ਇਮਾਮ ਲੰਬੇ ਆ ਦੇ ਗੁਲਾਮੋ ਇੱਕ ਬਾਤ ਅਰਜ਼ ਕਰਦਿਆਂ ਤੇ ਬੜੀ ਪਤੇ ਦੀ ਬਾਤ ਹੈ ਹਜ਼ੂਰ ਨੇ ਫਰਮਾਇਆ ਤਿੰਨ ਕੰਮ ਕਰਿਆ ਕਰੋ ਰਿਜ਼ਕ 'ਚ ਘਾਟਾ ਨਹੀਂ ਪਏਗਾ ਸੁਭਾਨ ਅੱਲਾਹ ਸੁਭਾਨ ਕੰਮ ਤਿੰਨ ਕੰਮ ਕਹਿੰਦੇ ਨਾ ਕਿ ਕੱਲ ਇੱਕ ਹੀ ਲੱਭ ਜਾਏ ਤਾਂ ਬੜੀ ਤਿੰਨ ਕੰਮ ਕਰਿਆ ਕਰੋ ਤੇ ਫਰਮਾਇਆ ਘਰ ਦੇ ਵਿੱਚ ਰਿਜ਼ਕ ਵਿੱਚ ਬਰਕਤ ਆ ਜਾਂਦੀ ਕਮਲੀ ਵਾਲਿਆ ਕਿਹੜੇ ਕਿਹੜੇ ਕਰੀਏ ਫਰਮਾਇਆ ਜਦੋਂ ਘਰ 'ਚ ਦਾਖਲ ਹੋਵੋ ਤੇ ਸਭ ਤੋਂ ਪਹਿਲੇ ਅਸਲਾਮ ਵਾਲੇਕੁਮ ਰਹਿਮਤੁਲਾਹ ਬਰਕਾਤ ਅਰਜ਼ ਕੀਤੀ ਸੋਹਣਿਆ ਘਰ ਦੇ ਅੰਦਰ ਕੋਈ ਬੰਦਾ ਨਾ ਹੋਵੇ ਫਿਰ ਕੀ ਕਰੀਏ ਫਰਮਾਇਆ ਕੋਈ ਵੀ ਨਾ ਹੋਵੇ ਪਰ ਘਰ ਮੁਸਲਮਾਨ ਦਾ ਹੋਵੇ ਸੋਹਣਿਆ ਘਰ ਵਿੱਚ ਬੰਦਾ ਕੋਈ ਨਹੀਂ ਫਰਮਾਇਆ ਫਿਰ ਵੀ ਸਲਾਮ ਕਰਨਾ ਜੇ
عرض کیتی سونیا پھر سلام کنو کرنا ہے فرمایا اے سن لو ہر گھر دے اندر مومن دے ہر گھر دے اندر فرمایا میری روح پاک موجود ہوندی واہ واہ سبحان اللہ سبحان اللہ سبحان گھر دے وچ مومن دے گھر وچ موجود موجود ہوندی ہے واہ جی واہ فرمایا دوسرا کام میں کرنا جے دوسرا کام کیڑا ہے اللہ فرماتا ہے ان اللہ و ملائکتہ یصلون علی النبی یا ایھا الذین آمنوا صلوا علیہ وسلموا تسلیما فرمایا جدو اپنے گھر وچ داخل ہو تے میرے تے درود پڑھیا کرو درود پڑھیا میرے تے درود پڑھیا کرو کنیا گلا ہو گئی دو گلا ہو گئی نے فرمایا تیسری گل لے وے جدو گھر وچ داخل ہو سونیا کی کرنا ہے فرمایا تیسرے نمبر تے قل ھو اللہ احد سورہ اخلاص دی تلاوت کرنی ہے قل ھو اللہ احد اللہ الصمد لم یلد ولم یولد ولم یکن لہ کفوا احد سبحان اللہ تین کام کریا کرو رزق دی برکت کتنی پے جائے گی انہیں گھر چ برکت آ جائے گی تہاڈی سوچ وی اتھوں تک نہیں جاندی رب رزق دی اضافہ فرما واہ واہ تین کام صحابہ نے عرض کیتی سونیا اگر گھر دے وچ جدو بندہ بھول جاوے تے یاد نہ رہے مسئلہ ویکھو کیویں میرے نبی نے حل فرمایا صحابہ نے مسئلہ بھی دوبارہ پوچھے آئے تاکہ مسئلہ امت تک پہنچ جائے عرض کیتی سونیا جے بھول جائیے تو کی کریے فرمایا پھر باہر چلے جاؤ جا کے دروازے تے پھر اندر داخل ہو جا مسئلے سارے حل کر چھڑے نے پتا چلیا جی نبی پاک دی زبان اقدس دے اندر اللہ رب العالمین شانہ والا نبی سانو عطا اس محبوب دیاں شان آئے نے میرے آقا دے غلاموں جن نے حضور نو ویکھیا سرکار دا ہو گیا ہے اللہ نے اپنے محبوب نو اتنا حسن عطا فرمایا او جیڑا بھی سرکار نو ویندا ہے حضور دا عاشق بن جاندا ہے ایک دن کی ہویا غازی لمدین شہید کہندے نے ایک دن میں بیٹھا وا گھر دے اندر پنجرات جیل دے اندر بیٹھا وا ادھر رات گزری ہے ادھر رات دے اندر مینوں صبح پھانسی آن لگی ہے آ فرماندے نے خدا دی عزت دی قسم ہے او جڑیاں راتاں جیل وچ گزریاں نے اوناں راتاں ورگی کوئی رات وی نہیں ملی پچھیا گئے علم الدین کی بنیا اے فرمایا جدوں میں جیل دے اندر موجود سا روزانہ میں نبی پاک دا دیدار کر لیندا سا حضور دا دیدار روزانہ کر او علم الدین فرماتے نے میں حضور دا چہرہ مبارک ویکھیا تے کیڑا چہرہ مبارک عشق کردا اے اپنی مرضی عشق کردا اے اپنی مرضی دے کم عشق کردا اے اپنی مرضی دے کم نہ یگا ویکھدا نہ پیشا ویکھدا جتھے چاہے جھکا دیندا عاشق دا سر ਜਿੱਥੇ ਚਾਵੇ ਝੁਕਾ ਦੇ ਦਇਆ ਸ਼ਕਤ ਦਾ ਸਰ ਨਾ ਕਾਬਾ ਤੇ ਨਾ ਕਰਬਲਾ ਅਜ਼ੀਜ਼ਾਂ ਨੇ ਗ੍ਰਾਮੀ ਮੇਰੇ ਇਮਾਮ ਉਲੰਬੀਆ ਦੇ ਗੁਲਾਮੋ ਸਰਕਾਰ ਨਾਲ ਜਿੰਨੇ ਵੀ ਪਿਆਰ ਕੀਤਾ ਅੱਲਾ ਫਰਮਾਉਂਦਾ ਸੋਹਣਿਆ ਮੈਂ ਤੈਨੂੰ ਇੰਜ ਦਾ ਬਣਾ ਕੇ ਭੇਜਿਆ ਏ ਜਿਹੜਾ ਸੋਹਣਿਆ ਤੈਨੂੰ ਵੇਖੇਗਾ ਉਹ ਤੈਨੂੰ ਵੇਖਦਾ ਹੀ ਰਹੇਗਾ ਨਾਰਾਏ ਤਕਵੀਰ ਨਾਰਾਏ ਰਿਸਾਲ ਨਾਰਾਏ ਤਹਕੀਕ ਦਣਾ ਹੱਥ ਉਠਾ ਕੇ ਨਾਰਾਏ ਹੈਦਰੀ ਨਾਰਾਏ ਗੌਸੀਆ ਤਾਜਦਾਰੇ ਖਤਮੇ ਨਬੂਵਤ
ਘੁੱਗੀ ਵੀ ਆ ਗਈ, ਉਹਦੇ ਵਿੱਚ ਚੀਲ ਵੀ ਆ ਗਈ, ਚੀਲ ਵੀ ਫਸ ਗਈ ਤੇ ਉਹ ਘੁੱਗੀ ਵੀ ਫਸ ਗਈ। ਉਹ ਚੀਲ ਜਿਹੜੀ ਸੀ ਨਾ ਉਹ ਰੋਈ ਜਾਏ ਤੇ ਜਿਹੜੀ ਸੀ ਘੁੱਗੀ ਉਹ ਬੈਠੀ ਚੁੱਪ ਕਰਦੇ, ਬੜੀ ਮੁਤਮਿਨ ਬੈਠੀ। ਉਹਨੇ ਆਖਿਆ ਤੂੰ ਰੋਂਦੀ ਕਿਉਂ ਚੀਲ ਨੂੰ ਕਿਹਾ ਘੁੱਗੀ ਨੇ, ਉਹਨੇ ਆਖਿਆ ਤੂੰ ਤਾਂ ਆਰਾਮ ਹੈਗੀ ਤੇ ਮੈਂ ਤਾਂ ਹਾਲਾਂਕਿ ਗੂਗੀ ਕਹਿਣ ਲੱਗੀ ਮੈਂ ਹਲਾਲ ਹਾਂ ਤੇ ਮੈਂ ਤਾਂ ਨੀ ਰੋਂਦੀ, ਤੂੰ ਕਿਉਂ ਰੋਂਦੀ? ਉਹਨੇ ਕਿ ਮੈਂ ਆ ਮੌਲਵੀ ਦੇ ਹੱਥੀ ਗਈ, ਇਹਨੇ ਕੋਈ ਐਤ ਪੜ੍ਹ ਕੇ ਮੈਨੂੰ ਹਲਾਲ ਕਰ ਹੀ ਦੇਣਾ। ਇਸ ਗੱਲ ਤਾਂ ਵੀ ਤੁਸੀਂ ਨਾ ਮੌਲਵੀ ਦਾ ਅੜੇਕੇ ਚੜ ਗਏ ਜੀ, ਜਾਣ ਨੀ ਹੁਣ ਮੈਂ ਦਿੰਦਾ। ਹੁਣ ਅੱਲਾਹ ਰੱਬੁਲ ਆਲਮੀਨ ਨੇ ਇਰਸ਼ਾਦ ਫਰਮਾਇਆ ਵਮਾ ਅਰਸਲਨਾਕ ਇਲਾ ਰਹਿਮਤਲ ਲਿਲ ਆਲਮੀਨ। فرمایا اللہ نے فرمایا میرا محبوب تمام جہان واسطے رحمت بن کے آیا۔ حضور نے دیکھا حضور دا غلام بن گیا۔ ابو جہل نے بڑیاں پکیاں کیتیاں نے، کہن لگیا پترا اکرما نہ جاوی نہ جاوی۔ اونے کہے کتھے نہ جاواں؟ اونے کہے محمد سامنے نہ جاواں۔ ਉਹਨੇ ਕਿਹਾ ਹੁੰਦਾ ਕੀ ਏ? ਉਹਨੇ ਕਿਹਾ ਤੈਨੂੰ ਪਤਾ ਨਹੀਂ, ਅਸੀਂ ਵੇਖਨੇ ਆ ਪੱਥਰ ਵੀ ਇਹਦਾ ਕਲਮਾ ਪੜਦੇ, ਪੱਥਰ ਵੀ ਇਹਦਾ ਕਲਮਾ ਪੜਦੇ ਨੇ, ਔਰ ਦਰਖਤ ਵੀ ਚੱਲ ਕੇ ਦੇ ਕੋਲ ਆ ਜਾਂਦੇ ਨੇ। ਇਸ ਵਾਸਤੇ ਕਰਮਾ ਪੁੱਤਰਾ ਇਸ ਨਬੀ ਦੇ ਸਾਹਮਣੇ ਨਾ ਜਾਵੀ। ਪਰ ਕਰਨੀ ਕੀ ਹੋਈ? ਕਿਸਮਤ ਦਾ ਸਿਤਾਰਾ ਚਮਕਿਆ, ਕਿਸਮਤ ਦਾ ਸਿਤਾਰਾ ਚਮਕਿਆ ਰਾਤ ਨੂੰ। ਜਨਾਬ ਮੇਰੇ ਆਕਾ ਦੇ ਗੁਲਾਮੋ, ਇੱਕ ਦਿਨ ਉਸੇ ਗਲੀ ਵਿੱਚੋਂ ਮੇਰੇ ਮੁਸਤਫਾ ਜਾ ਰਹੇ ਨੇ, ਸਾਹਮਣੇ ਇਕਰਮਾ ਆ ਗਿਆ, ਅਬੂ ਜਾਲ ਦਾ ਪੁੱਤਰ ਆ ਗਿਆ। ਇੱਧਰ ਸਰਕਾਰ ਨੇ ਜਦੋਂ ਨਜ਼ਰ ਉਠਾਈ, ਥੱਕ ਤਾਂ ਨਹੀਂ ਗਏ ਜੇ? ਲੰਗਰ ਬਥੇਰਾ ਹੈਗਾ, ਲੰਗਰ ਹੈ ਤੁਹਾਡੇ ਵਾਸ ਰੱਖਿਆ। ਮੌਲੀ ਸਾਹਿਬ ਬਿਆਨ ਕਰਦੇ ਪਏ ਸਨ ਨਾ, ਤੇ ਉਹ ਇੱਕ ਮੌਲੀ ਨੂੰ ਟਾਈਮ ਨਾ ਮਿਲਿਆ, ਇਹ ਮੌਲੀ ਨੂੰ ਟਾਈਮ ਨਾ ਮਿਲੇ ਵੀ ਬੜਾ ਰੌਲਾ ਜੀ, ਬੜਾ ਰੌਲਾ ਜੀ, ਹਾਂ ਬੜਾ ਰੌਲਾ ਜੀ। ਉਹ ਨਾ ਮੌਲੀ ਨੂੰ ਟਾਈਮ ਨਾ ਮਿਲਿਆ ਤੇ ਉਹਨਾਂ ਚੱਲ ਕਿਹਾ ਯਾਰ ਇਹਨੂੰ ਦੁਆ ਵਾਸਤੇ ਟਾਈਮ ਦੇ ਦਿਓ। ਉਹ ਦੁਆ ਵਾਸਤੇ ਹੁੰਦਾ ਚਾਰ ਇਹਨਾਂ ਦਾ ਰੌਲਾ ਹੀ ਹੈ ਨਾ, ਉਹ ਦੁਆ ਵਾਸਤੇ ਮੌਲੀ ਸਾਹਿਬ ਖੜੇ ਹੋ ਕੇ ਮੈਂ ਪਿੱਛੇ ਖੜਾ ਹਾਂ, ਦੁਆ ਕਰਦਾ ਵੀ ਯਾ ਅੱਲਾ ਸਾਨੂੰ ਸਾਡੇ ਗੁਨਾਹ ਮਾਫ਼ ਕਰ ਦੇ, ਯਾ ਅੱਲਾ ਸਾਡੇ ਨਜਾਤ ਦੇ ਦੇ। ਉਹ ਪਿੱਛੇ ਇੱਕ ਮੇਰੇ ਨਾਲ ਖੜਾ ਕਹਿੰਦਾ ਯਾ ਅੱਲਾ ਸਾਨੂੰ ਇਸ ਮੌਲਵੀ ਤੋਂ ਨਜਾਤ ਦੇ ਦੇ। ਅੱਲਾ ਰੱਬੁਲ ਆਲਮੀਨ ਨੇ ਫਰਮਾਇਆ ਵਮਾ ਅਰਸਲਨਾਕ ਇਲਾ ਰਹਿਮਤਲ ਲਿਲ ਆਲਮੀਨ। ਕਹਿ ਦੋ ਸੁਭਾਨ ਅੱਲਾ। ਖਾਲਕੇ ਕਾਇਨਾਤ ਨੇ ਫਰਮਾਇਆ ਸੋਹਣਿਆ ਮੈਂ ਤੈਨੂੰ ਰਹਿਮਤਲ ਲਿਲ ਆਲਮੀਨ ਬਣਾ ਕੇ ਭੇਜਿਆ, ਤਮਾਮ ਜਹਾਨਾਂ ਵਾਸਤੇ ਰਹਿਮਤ ਬਣਾ ਕੇ ਭੇਜਿਆ। ਇਸ ਵਕਤ ਇਕਰਮਾ ਨੇ ਹਜ਼ੂਰ ਨੂੰ ਵੇਖਿਆ, ਸਰਕਾਰ ਨੇ ਜੇ ਕਰਕੇ ਨਜ਼ਰ ਉਠਾਈ ਏ, ਫਰਮਾਇਆ ਏਡਾ ਸੋਹਣਾ ਚਿਹਰਾ ਹੋਵੇ ਤੇ ਜਹਨਮ ਵਿੱਚ ਜਾਵੇ। ਇਹ ਮੁਹੰਮਦ ਨੇ ਫਰਮਾਇਆ ਮੈਨੂੰ ਗਵਾਰਾ ਨਹੀਂ। ਜਿਸ ਵਕਤ ਇਸਨੇ ਗੱਲ ਕੀਤੀ ਏ, ਇਕਰਮਾ ਕਲਮਾ ਪੜ੍ਹ ਕੇ ਮੁਸਲਮਾਨ, ਔਰ ਜਿਸ ਵੇਲੇ ਕਲਮਾ ਪੜਿਆ ਤੇ ਲੋਕਾਂ ਨੇ ਪੁੱਛਿਆ ਇਕਰਮਾ ਕੀ ਪੜਿਆ, ਉਹਨੇ ਕਿਹਾ ਤੈਨੂੰ ਕੀ ਦੱਸਾਂ, ਇਹ ਜਦੋਂ ਦਾ ਮੈਂ ਵੇਖਿਆ ਉਸ ਵਕਤ ਤੂੰ ਲੈ ਕੇ ਅੱਜ ਤੱਕ ਮੈਂ ਇਸੇ ਇੰਤਜ਼ਾਰ ਵਿੱਚ ਸਾਂ, ਕਦੋਂ ਨਬੀ ਸਾਹਮਣੇ ਆਏਗਾ ਤੇ ਮੈਂ ਇਹਦਾ ਕਲਮਾ ਪੜਾਂਗਾ। ਇਸ਼ਕ ਲੱਗਾ ਸੀ ਖੇਡਾਂ ਖੇਡਦੀ ਨਾ, ਇਸ਼ਕ ਲੱਗਾ ਸੀ ਖੇਡਾਂ ਇਹ ਖੇਡਦੀ ਨਾ, ਖੇਡਾਂ ਖੇਡਦਿਆਂ ਖੇਡਦਿਆਂ ਭੁੱਲ ਗਈਆਂ, ਕੱਜਲ ਪਾਇਆ ਸੀ ਯਾਰ ਦੇ ਇਹ ਵੇਖਣੇ ਲਈ, ਉਹਨੂੰ ਵੇਖਦਿਆਂ ਵੇਖਦਿਆਂ ਡੁੱਲ ਗਈਆਂ, ਮੇਡੀ ਕੀਤੀ ਸੀ ਤਰੇ ਇਹ ਫੁਲੇਲ ਵਾਲੀ, ਉਹਨੂੰ ਵੇਖਦਿਆਂ ਵੇਖਦਿਆਂ ਖੁੱਲ ਗਈਆਂ। ਹੈ ਦਰਸ਼ਾ ਮੇਰੇ ਨਬੀ ਦੀ ਕਿਸ਼ਾਨ ਪੁੱਛਦਾ ਹੈ, ਇੱਥੇ ਕਈ ਵੇਖਦਿਆਂ ਵੇਖਦਿਆਂ ਰੁੜ ਗਈਆਂ ਮੇਰੀ ਸਰਕਾਰ ਦੀ ਬਾਤ।
میرے آقا دے غلامو عشق دا موضوع ایسا ہے ہر بندہ عاشق بن دی کوشش کردا ہے پر یاد رکھو جڑا میرے مصطفیٰ دا عاشق بن جائے تے مارا پیندیاں نے مارا کھانیاں پیندیاں نے میرے آقا دے غلامو جدو ناگ عشق دا کیونکہ میرے کان وچ کیا گیا جدو ناگ عشق دا اے دس جاوے جدو ناگ عشق دا اے دس جاوے جدو ناگ عشق دا اے دس جاوے جدو دل وچ ماہی وس جاوے جدو ناگ عشق دا اے دس جاوے ادو دل وچ ماہی وس جاوے ادو نیر اکھی دے اے لوگو دنیا تو لکانے آکھے آکھے نے میری امام الانبیاء دے غلامو تھک دے نہیں گئے تھک گئے ہو ہاتھ کھڑے کرو ہجڑے کھڑو ہاتھ کھڑے کرو بھائی اجڑے تھک گئے ہو کوئی گل نہیں چلو پرانے سن کوئی گل نہیں امام الانبیاء دے غلامو میں کی عرض کیتا ہے تسی جانو تے میں جانا ہن جوڑ کلا پے گیا ہے ہن جوڑ پے گیا پتہ چلدا ہے میں ہارنا یا تسی ہار دے ہو کیونکہ سواد مینوں لوگاں نے کہا جناب تسی دل دے مریض ہو میں کہ نا نا میں تے کوئی عرض کی دی سونیا اگر موت میں آوے تے قبول ہے قبول سونے تیرا ذکر کرتا جاوا دنیا تو ٹر جا میں سو جاؤں یا مصطفیٰ کہتے کہتے کھلے آنکھ سلے اللہ کہتے کہتے کھلے آنکھ سلے اللہ کہتے کہتے حضور دے مسجد نبوی شریف دے کول آ کے کھڑے ہو گئے جدو آ تے کھڑے ہوئے نا تے او جڑا سی یہودی بچہ او کہندا کہ میں تیرا نبی ویکھنا بچہ خوش قسمت جڑا حضور دا دیدار کردا ہے سرکار نو جدوں نے مسجد نبوی شریف دے سامنے ویکھیا گھر چلا گیا جا کے باپ نو کہن لگیا با نہ میں بکریاں چراونیاں نے نہ بکریاں چراونیاں نے کچھ بھی نہیں کرنا انہیں کہا پترا کی بن گیا انہیں کہا تینوں کی دساں میں آج کنو ویکھ کے آیا میں کنو ویکھ کے آیا میرا دین بھی تو ایمان بھی تو میرا دین بھی تو تے ایمان بھی تو میری حج نماز تے فرض فریضے میری سوم سلا تے اذان بھی تو میری حج نماز تے فرض فریضے میری سوم سلا تے اذان بھی تو ہو جے کر یار فرید اے قبول کرے سرور بھی تو سلطان بھی
لگیا کی بنے انہیں کہ ابا تینوں کی دساں ہو جا اج تک ویکھیا نہیں اج تک ویکھیا ہی نہیں انہیں کہ دس تے سی کون سی انہیں کہ ابا تینوں دساں گا تو غصہ کر جائے گا انہیں کہ نہیں نہیں دس تے سی او کون انہیں کہ بچہ بیمار ہو گیا بخار چڑھ گیا بخار جدو چڑھ گیا ہے جدو بخار چڑھیا ادھر کی ہویا تے باپ کہن لگیا پترا کوئی دس تیری آخری خواہش کی ہے اور کہن لگیا با جے میں نو صحیح ویکھنا چاہنا ہے جا اللہ دے محبوب نو بلا لیا اللہ دے محبوب نو بلا لیا وہ کہن لگیا کہ تو غیر اس نبی دا ویکھنے گل کرنا تو دشمن ہے ساڈا وہ کہن لگیا ابا نہ کمی دشمن نہ کمی کیونکہ انہوں میں جدوں دا ویکھے آئے جدوں دا میں ویکھے آئے جس نے بھی دیکھا ہے دیوانہ ہوا ہے جس نے بھی دیکھا ہے دیوانہ ہوا ہے جس دیکھا ہے دیوار نہ ہوا ہے عاشق میرے آقا پہ عاشق میرے آقا پہ یہ زمانہ ہوا ہے جس نے بھی دیکھا ہے دیوار نہ ہوا جس وقت باپ پریشان ہو گیا تے کہن لگیا پتر کہن لگیا ابا اگر مینوں صحیح ویکھنا چاہنا ہے جا اس نبی نو بلا کے لیا جدو حضور دے والی یہودی آیا میری سرکار نے فرمایا کیویں آیا ہے کہن لگیا اس واسطے آیا میرے پتر نو پتا نہیں تسا کی کیتا ہے اوہ انتظار کردا پیا اس واسطے میں لین واسطے آیا وا او کیڈا خوش نصیب بچہ ہے جتا حال دا پتا کرن واسطے مصطفیٰ جا سرکار جا رہے نے تے جدو سرکار گھر پہنچے نے بچے نے جدو انج کر کے ویکھیا سرکار وال تے حضور نے جدو اس بچے وال ویکھیا سرکار نے فرمایا کی حال ہے کہہ دو سبحان اللہ آپا بھی گھر جا کے سوئیے نا تے رات سرکار دا کرم اپنے تے بھی ہو جائے جویں او بچے تے کرم ہویا حضور نے فرمایا کی حال ہے عرض کیتی سونیا کی دسا جدو دا تانو ویکھے آئے عشق لگ گیا ہے پیار ہو گیا ہے سونے دل کرتا ہے تینو ویکھی جاوا جی کرتا ہے سونے ہر ویلے تینو کول بٹھا کے میں تکدا جی کرتا ہے سونے ہر ویلے جی کردا ہے سونیا ہر ویلے تینو کول بٹھا کے میں تکدا رواں لولوں میرا اکھیاں ہو جاواں محتاج نہ میں اس اکھ دا سرکار نے بچے وال ویکھیا بچے دا کہن لگا مینوں کلمہ پڑھاؤ کلمہ پڑھا کے مسلمان کرو وہ کیسا خوش نصیب سی جنو کلمہ پڑھان والے ملے آخری لمحات نے مینوں پتہ لگ گیا ہاں مینوں ہن پتہ لگ گیا آخری لمحات نے ہن تہاڈی جان چھڈن لگی اور چوڑے نہ ہو میں تہاڈی جان چھڈن لگیا ایویں کرو گے تے جی پریشان کرو گے تے پھر دو گھنٹے اور پکے بس
ਦੋ ਤਿੰਨ ਮਿੰਟ ਤੇ ਬਹਿਣਾ ਤੇ ਸਕੂਲ ਨਾਲ ਬੈਠਣਾ ਤੇ ਐਂਡ ਜਿਹੜਾ ਨਾ ਤਕਰੀਰ ਦਾ ਉਹ ਆਪਾਂ ਪੂਰਾ ਕਰਨਾ ਤੇ ਸਹੀ ਹੋ ਜਾਏ। ਸਰਕਾਰ ਦੀ ਬਾਰਗਾਹ ਦੇ ਅੰਦਰ ਅਰਜ਼ ਕੀਤੀ ਸੋਹਣਿਆ ਕਹਿ ਦੋ ਸੁਭਾਨ ਐਂਡ ਮੈਂ ਤੁਹਾਨੂੰ ਕਿਹਾ ਵੀ ਆਪਾਂ ਸਹੀ ਕਰਨਾ ਤੇ ਤੁਸੀਂ ਜੇ ਬੋਲੋਗੇ ਤੇ ਐਂਡ ਜਲਦੀ ਕਰ ਦਿਆਂਗਾ ਨਹੀਂ ਤਾਂ ਫਿਰ ਦੋ ਘੰਟੇ ਪੱਕੇ ਜੇ। ਅਰਜ਼ ਕੀਤੀ ਸੋਹਣਿਆ ਕਲਮਾ ਪੜਾ ਕੇ ਮੁਸਲਮਾਨ ਕਰ ਲੈ, ਮੇਰੇ ਨਬੀ ਨੇ ਕਲਮਾ ਪੜਾਇਆ ਮੁਸਲਮਾਨ ਕੀਤਾ। ਯਹੂਦੀ ਕਹਿਣ ਲੱਗਿਆ ਹੁਣ ਸਰਕਾਰ ਨੇ ਫਰਮਾਇਆ ਇਹ ਹੁਣ ਕਲਮਾ ਪੜ ਲਿਆ ਏ ਹੁਣ ਸਾਡਾ ਇਹਨਾਂ ਜਨਾਜ਼ਾ ਵੀ ਮੈਂ ਪੜਾਂਗਾ। ਉਹ ਕਿੱਡਾ ਖੁਸ਼ ਨਸੀਬ ਏ ਜਿਹਦਾ ਜਨਾਜ਼ਾ ਮੁਸਤਫਾ ਨੇ ਪੜਿਆ, ਜਨਾਜ਼ਾ ਮੇਰੇ ਨਬੀ ਪਾਕ ਨੇ ਪੜਿਆ, ਕਲਮਾ ਵੀ ਪੜ ਕੇ ਤੇ ਫਿਰ ਕੋਈ ਨਮਾਜ਼ ਵੀ ਨਹੀਂ ਪੜੀ। ਇਧਰ ਕੀ ਹੋਇਆ, ਜਦੋਂ ਕਲਮਾ ਪੜਿਆ ਏ ਰੂਹ ਪਰਵਾਜ਼ ਹੁੰਦੀ ਏ ਪਈ ਤੇ ਫਰਿਸ਼ਤਾ ਆ ਗਿਆ ਰੂਹ ਕਬਜ਼ ਕਰਨ ਵਾਸਤੇ। ਜਦੋਂ ਫਰਿਸ਼ਤਾ ਆਇਆ ਤੇ ਬੱਚਾ ਬੋਲ ਕੇ ਕੀ ਕਹਿੰਦਾ, ਦੋ ਖੜੀਆਂ ਰੁਕ ਜਾ ਤਕਦੀਰੇ ਮੈਨੂੰ ਲੱਗੀਆਂ ਤੋੜ ਨਿਭਾ ਲੈਣ ਦੇ। ਉਹ ਇਸ ਜਾਨ ਮੈਂ ਆਪੇ ਜਾਨ ਹਵਾਲੇ ਕਰਸਾ ਇਸ ਜਾਨ ਦਾ। ਜਦੋਂ ਕਲਮਾ ਪੜ੍ਹ ਕੇ ਮੁਸਲਮਾਨ ਹੋਇਆ ਤੇ ਰੂਹ ਪਰਵਾਜ਼ ਹੋ ਗਈ, ਸਰਕਾਰ ਨੇ ਜਨਾਜ਼ਾ ਪੜਿਆ ਤੇ ਜਨਾਜ਼ਾ ਪੜਨ ਵਾਸਤੇ ਹਜ਼ੂਰ ਜਾ ਰਹੇ ਨੇ ਨਾ ਤੇ ਰਸ਼ ਇੰਨਾ ਕੁ ਜ਼ਾਹਰੀ ਤੌਰ ਤੇ ਰਸ਼ ਨਜ਼ਰ ਨਹੀਂ ਆ ਰਿਹਾ ਸੀ ਤੇ ਸਿਆਬਾ ਨੇ ਕੀਤੀ ਸੋਹਣਿਆ ਤੁਸੀਂ ਆਪਣੇ ਪੈਰ ਉਠਾ ਕੇ ਜੋ ਚੱਲ ਰਹੇ ਹੋ, ਪੱਬਾਂ ਬਾਹਰ ਕੇ ਚੱਲ ਰਹੇ ਹੋ, ਮੇਰੀ ਸਰਕਾਰ ਨੇ ਫਰਮਾਇਆ ਮੇਰੇ ਆਸ਼ਿਕ ਦਾ ਜਨਾਜ਼ਾ ਹੈ। ਜਨਾਜ਼ਾ ਕਿੰਦਾ ਹੈ? ਮੇਰੇ ਆਸ਼ਿਕ ਦਾ ਜਨਾਜ਼ਾ ਹੈ ਤੇ ਜਨਾਜ਼ੇ ਦੇ ਵਿੱਚ ਫਰਿਸ਼ਤੇ ਰੱਬ ਨੇ ਇੰਨੇ ਭੇਜ ਦਿੱਤੇ ਨੇ ਮੈਨੂੰ ਮੁਹੰਮਦ ਨੂੰ ਜਗ੍ਹਾ ਨਹੀਂ ਦੱਬਦੀ ਪੀਰ ਚੱਲਣ ਵਾਸਤੇ। ਔਰ ਮੇਰੇ ਆਕਾ ਦੇ ਗੁਲਾਮੋ ਜਿਸ ਵਕਤ ਮੇਰੇ ਆਕਾ ਦੇ ਜਨਾਜ਼ਾ ਪੜਨ ਵਾਸਤੇ ਜਾ ਰਹੇ ਨੇ ਉਹ ਜਦੋਂ ਨਾਗ ਇਸ਼ਕ ਦਾ ਡਸ ਜਾਵੇ ਉਦੋਂ ਨੀ, ਜਦੋਂ ਨਾਗ ਇਸ਼ਕ ਦਾ ਇਹ ਡਸ ਜਾਵੇ ਜਦੋਂ ਦਿਲ ਵਿੱਚ ਮਾਹੀ ਵਸ ਜਾਵੇ ਉਦੋਂ ਨੀਰ ਅੱਖੀ ਦੇ ਐ ਯਾਰੋ, ਉਦੋਂ ਨੀਰ ਅੱਖੀ ਦੇ ਐ ਯਾਰੋ ਦੁਨੀਆ ਤੂੰ ਲੁਕਾਣੇ ਜਿਹੜੇ ਜੰਮ ਗਏ ਯਾਰ ਦੀ ਸੂਰਤ ਤੇ, ਜਿਹੜੇ ਜੰਮ ਗਏ ਯਾਰ ਦੀ ਸੂਰਤ ਤੇ ਉਹ ਨੈਣ ਉਠਾਉਣੇ ਔਖੇ ਨੇ। ਸਰਕਾਰ ਨੇ ਜਨਾਜ਼ਾ ਪੜਾਇਆ, ਜਨਾਜ਼ਾ ਪੜਾ ਕੇ ਕਿਹੜਾ ਖੁਸ਼ ਨਸੀਬ ਹੈ ਜਿਹਦਾ ਜਨਾਜ਼ਾ ਮੇਰੇ ਮੁਸਤਫਾ ਨੇ ਪੜਾਇਆ। ਤੁਸੀਂ ਨੇ ਗ੍ਰਾਮੀ ਮਹਿਫਲ ਮਾਸ਼ਾਅੱਲਾ ਬਹੁਤ ਖੂਬਸੂਰਤ ਹੋਈ ਹੈ, ਅੱਲਾਹ ਤਾਲਾ ਅਹਿਲੇ ਖਾਨਾ ਨੂੰ ਇਸ ਮਹਿਫਲ ਦਾ ਅਜਰ ਰੱਬ ਨੇ ਅਤਾ ਕਰਨਾ, ਇਹਨਾਂ ਦੇ ਮੁਸ਼ਕਲਾਂ ਅੱਲਾ ਦੂਰ ਫਰਮਾਏ, ਆਸਾਨੀਆਂ ਨਾ ਵਾਸਤੇ ਪੈਦਾ ਕਰੇ, ਜਿੰਨੇ ਵੀ ਦੋਸਤ ਆਏ ਰਿਸ਼ਤੇਦਾਰ ਦਰਾਜ ਤੋਂ ਆਏ ਅੱਲਾ ਇਹਨਾਂ ਦਾ ਬਿਆਨ ਜਿਹੜਾ ਕਬੂਲ ਫਰਮਾਏ। ਅਤੇ ਮੇਰਾ ਇੱਕ ਆਖਰੀ ਸ਼ੇਰ ਹੈ ਅਤੇ ਮੇਰੀ ਇਹ ਤਕਰੀਰ ਦਾ ਐਂਡ ਵਾਲਾ ਸ਼ੇਰ ਹੈ, ਹਮੇਸ਼ਾ ਮੈਂ ਇੱਥੇ ਮੁਕੰਮਲ ਕਰਦਾ ਹੁੰਦਾ ਆਪਣੀ ਤਕਰੀਰ, ਕਿਉਂਕਿ ਸਾਰੀਆਂ ਦੋਸਤੀਆਂ ਖਤਮ ਹੋ ਜਾਣਗੀਆਂ ਮੇਰੇ ਨਬੀ ਪਾਕ ਦੀ ਦੋਸਤੀ ਕੰਮ ਆਈ, ਮੇਰੀ ਸਰਕਾਰ ਦੀ ਦੋਸਤੀ ਮੁਹੱਬਤ ਹਜ਼ੂਰ ਦੀ ਕੰਮ ਆਣੀ ਕਬਰ ਦੇ ਅੰਦਰ ਵੀ, ਔਰ ਜਦੋਂ ਕਬਰ ਵਿੱਚ ਸਰਕਾਰ ਆਉਣੇ ਨੇ ਨਾ ਤੇ ਸਾਰੇ ਮਸਲੇ ਹੱਲ ਹੋ ਜਾਣੇ ਸਾਰੇ ਮਸਲੇ ਹੀ। ਇਸ ਵਾਸਤੇ ਅਜ਼ੀਜ਼ਾਂ ਨੇ ਗ੍ਰਾਮੀ ਮਹਿਫਲ ਸਜਾਉਣ ਦਾ ਮਜ਼ਾ ਆ ਜਾਏਗਾ, ਜਦੋਂ ਮਹਿਫਲ ਸਜਾਉਣ ਵਾਲੇ ਇਹ ਪਿਆਰ ਨਾਲ ਮਹਿਫਲ ਨੂੰ ਸਜਾਇਆ, ਉਸ ਮਹਿਬੂਬ ਦਾ ਮਿਲਾਦ ਕੀਤਾ ਏ, ਉਸ ਮਹਿਬੂਬ ਦਾ ਮਿਲਾਦ ਕੀਤਾ, ਦੁਆ ਕਰਨੇ ਆ ਯਾ ਅੱਲਾ ਸਾਨੂੰ ਮਿਲਾਦ ਦਾ ਸਦਕਾ, ਮਿਲਾਦ ਦਾ ਸਦਕਾ, ਜਦੋਂ ਦੁਨੀਆ ਤੂੰ ਜਾਈਏ ਤੇਰੇ ਨਬੀ ਪਾਕ ਦੇ ਗੁਲਾਮ ਬਣ ਕੇ ਤੇਰੇ ਨਬੀ ਦੇ ਗੁਲਾਮ ਬਣ ਕੇ ਜਾਈਏ। ਇਸ ਵਾਤ ਅਸੀਂ ਕਹਿੰਦੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਨਾਲ ਤੇਰੇ ਤੇ ਅੱਜ ਆਉਣਾ ਵੀ ਬਾਜ਼ੀਆਂ ਹਾਰੀਆਂ ਅਨੇ
جڑے ترستے شانتی دنو دن راتی تے آج آنا بھی باریاں ماریاں نے تے جدو باغ وچ خزانے وال کھولے تے پنچھی اڑ گئے مار اڑاریاں محمد بوٹیا جھوٹا ای جگ سارا تے کملی والدیاں سچیاں یار بارگاہ دعا خالق کہنا ساری حاضری قبول فرمائے واخر دعوانا الحمدللہ رب العالمین درود سارے دوست کھڑے ہو کے درود و سلام پڑھ لیں مصطفیٰ او سلام شمع بزم ہدایت بلا جس طرف اٹھ گئی دم دم آ گیا جس طرف اٹھ گئے دم میں دم آ گیا اس نگاہ عنایت بلا سلام مصطفیٰ جان رحمت بلا سلام شمع بزم ہدایت السلام علم نشرا سینے والے السلام آقا مدینے والے یا الہ العالمین صدقہ غوث الورا اور قبول ہو یہ سلام میرا بارگاہ مصطفیٰ تمام حضرات تشریف رکھے ہوئے بسم اللہ الرحمن الرحیم اللہم صلی علی سیدنا و مولانا محمد و علی آل سیدنا و مولانا محمد مبارک وسلم و صلی علی ربنا تقبل منا انک انت السمیع العلیم و تب علینا انک انت التواب الرحیم یا الہ العالمین جس محبت نال اہل خانہ نے اہتمام کیتا ہے میلاد شریف دی محفل پاک کیتی ہے یا اللہ اس نے اپنی بارگاہ قدس میں قبول فرما یا اللہ میلاد دا صدقہ یا اللہ ساڈے سارے نے صغیرہ کبیرہ گناہوں کو معاف فرما یا اللہ میلاد مصطفیٰ دا صدقہ یا اللہ سانو سارے نو پنج وقت دا نمازی بنا جو مسلمان بے نماز نے یا اللہ صبر نماز پڑھن دی توفیق عطا فرما یا اللہ میلاد مصطفیٰ دے اس محفل دا صدقہ یا اللہ جو بھی مسلمان پریشان نے یا اللہ سب دیا پریشانیاں دور فرما جو مسلمان بے اولاد نے یا اللہ صدقہ میلاد مصطفیٰ دے یا اللہ سب نو اولاد نرینہ عطا فرما جو مسلمان قرض دار نے یا اللہ سب نو قرضے تو نجات عطا فرما جو مسلمان پریشان نے یا اللہ سب دیا پریشانیاں دور فرما جنہاں گھراں دے اندر جوان بچے بچیاں رشتے دی وجہ نال پریشان نے یا اللہ انہاں دے اچھے اسباب پیدا فرما یا اللہ انہاں واسطے آسانیاں پیدا فرما یا اللہ اپنے پیارے حبیب صدقہ بلاد مصطفیٰ دا صدقہ یا اللہ بھائی محمد آصف صاحب نو یا اللہ اولاد نرینہ عطا فرما یا اللہ اپنے پیارے حبیب صدقہ ڈاکٹر محمد ذوالفقار صاحب دی صاحب زادی اللہ تعالیٰ یا اللہ اپنے حبیب دا صدقہ کر کے میلاد دا صدقہ کر کے یا اللہ اولاد نرینہ عطا فرما یا اللہ جو بھی بے اولاد نے یا اللہ سب نو اولاد نرینہ عطا فرما یا اللہ جو مسلمان قرض دار نے یا اللہ سب نو قرضے تو نجات عطا فرما جو مسلمان بے روزگار نے یا اللہ سب نو روزگار عطا فرما یا اللہ اپنے پیارے حبیب دا صدقہ ساڈیاں مشکلاں آسان فرما ساڈے واسطے آسانیاں پیدا فرما یا اللہ جس محبت دے نال ڈاکٹر صاحب نے انہاں دے بچیاں نے اہتمام کیتا ہے میلاد مصطفیٰ دی محفل نوں سجایا یا اللہ انہاں دے رزق میں کاروبار میں یا اللہ خیر و برکت فرما یا اللہ انہاں نوں خوشیاں نال مالا مال فرما یا اللہ ہر پریشانی سے محفوظ فرما یا اللہ اپنے پیارے حبیب دے صدقہ میلاد مصطفیٰ دے صدقہ سید اقرار الحسن شاہ صاحب نوں یا اللہ تندرستی عطا فرما انہوں نے صحت کاملہ عطا فرما انہوں نے تندرستی عطا فرما یا اللہ اپنے پیارے حبیب صدقہ جتنے مسلمان مرد عورت بچے بچیاں دنیا تو رخصت ہو گئے یا اللہ سب دی بخش فرما میلاد صدقہ سب دی بخش فرما یا اللہ بھائی محمد حیدر علی صاحب نو یا اللہ جنت الفردوس جگہ عطا فرما یا اللہ اہل خانہ کے جتنے بھی رشتہ دار چھوٹے بڑے اس دنیا فانی دی جا چکے یا اللہ سب دی بخش فرما
بہادر علی نے جنت الفردوس جگہ عطا فرما میلاد صدقہ کر گیا اللہ بہادر علی نے جنت الفردوس جگہ عطا فرما انہاں دے صغیرہ کبرا گناہوں کو معاف فرما قبر دی منزلہ آسان فرما عذاب قبر تو محفوظ فرما یا اللہ اپنے پیارے حبیب صدقہ اس بابرکت محفل دے اندر جو دوست آئے نے یا میری ماما بہن آئی نے یا اللہ سب دانا جنا اپنی بارگاہ وچ قبول فرما سب دی نیک خواہشات نو پورا فرما میلاد صدقہ یا اللہ ساڈے سارے نے گھراں دے اندر منو سکون عطا فرما جو مسلمان بیمار نے یا اللہ سب نو شفا عطا فرما جو مسلمان پریشان نے یا اللہ سب دی پریشانیاں دور فرما جو مسلمان بے اولاد نے یا اللہ سب نو اولاد نرینہ عطا فرما جو مسلمان یا اللہ محمد عباس جٹ صاحب یا اللہ انہاں نوں تندرستی عطا فرما یا اللہ انہاں نوں اولاد نرینہ عطا فرما یا اللہ اپنے پیارے حبیب صدقہ محمد عباس جٹ صاحب یا اللہ اولاد نرینہ عطا فرما انہاں دے مشکلاں آسان فرما یا اللہ انہاں واسطے آسانیاں پیدا فرما جتنے بھی دوست احباب اس بابرکت محفل وچ آئے نے دور دراز تو آئے نے رشتہ دار دور دراز تو آئے نے یا اللہ سب دا آنا جانا اپنی بارگاہ قبول فرمائیں یا اللہ انہاں دی حفاظت فرمائیں یا اللہ انہاں نوں منزل مقصود تے خیر و عافیت سے پہنچائیں یا اللہ شیطان دے شر تو محفوظ فرمائیں ہر پریشانی سے محفوظ فرمائیں یا اللہ اپنے پیارے حبیب صدقہ اس پنڈ دی خیر فرما اس بستی دی خیر فرما میلاد مصطفیٰ دا صدقہ یا اللہ اس بستی دی خیر فرما اس بستی دے رہن والیاں نوں سکون والی امن والی زندگی عطا فرما ہر پریشانی سے محفوظ فرما یا اللہ اپنے پیارے حبیب صدقہ میلاد مصطفیٰ دا صدقہ یا اللہ سانو سار نوں یا اللہ مکہ پاک اور مدینہ پاک دی یا اللہ بار بار حاضری نصیب فرما یا اللہ ساڈے سارے دے حالت رحم و کرم فرما یا اللہ اپنے محبوب صدقہ جو بچے بچیاں تعلیم حاصل کر رہے ہیں یا اللہ سب نو کامیابیاں عطا فرما یا اللہ جو تعلیم حاصل کر چکے ہیں یا اللہ انہاں نوں سونیاں نوکریاں عطا فرما یا اللہ اپنے محبوب صدقہ جو مسلمان بے گھر نے انہاں نوں سونے گھر عطا فرما یا اللہ اپنے پیارے حبیب صدقہ میلاد مصطفیٰ صدقہ یا اللہ ساڈے سارے دے مشکلاں آسان فرما ساڈے واسطے آسانیاں پیدا فرما ساڈے سارے دے گھراں دے اندر منوں سکون عطا فرما جنہاں دوستاں دے والدین حیات نے یا اللہ اس اولاد نوں اپنے ماں باپ دا احترام کرن دی توفیق عطا فرما جنہاں دے والدین دنیا تو رخصت ہو گئے یا اللہ انہاں دی بخشے فرما یا اللہ اس پنڈ دے قبرستان دے اندر جتنے بھی دفن نے یا اللہ سب دی بخشے فرما سب نوں جنت الفردوس جگہ عطا فرما یا اللہ اپنے پیارے حبیب صدقہ یا اللہ جو مسلمان پریشان نے یا اللہ سب دی پریشانیاں دور فرما یا اللہ جو مسلمان دوسرے ملکاں دے اندر یا اللہ گئے نے روزی واسطے یا اللہ انہاں دی حفاظت فرما یا اللہ انہاں دے کاروبار چ برکت فرما انہاں یا اللہ تندرستی عطا فرما یا اللہ انہاں دی حفاظت فرما یا اللہ سانو سارے نیک اعمال کرن دی توفیق عطا فرما یا اللہ اپنے پیارے حبیب صدقہ سانو سارے نیک اعمال کرن دی توفیق عطا فرما نبی کریم صلی اللہ علیہ وسلم دا سچا غلام سانو بنا یا اللہ ساڈے واسطے آسانیاں پیدا فرما یا اللہ سانو عشق مصطفیٰ نصیب فرما یا اللہ اپنے پیارے حبیب صدقہ کر کے کرم فرما رحم فرما یا اللہ ساڈے سارے دے حالت رحم و کرم فرما یا اللہ اپنے پیارے حبیب صدقہ سانو سارے نیک اعمال کرن دی توفیق عطا فرما وصلی اللہ تعالی علی خیر خلقہ و نور عرشہ و زینت فرشہ محمد و علی آلہ و اصحابہ اجمعین بھائی سارے بچے بیٹھ جاؤ مل جائے گا لنگر ملے گا بیٹھ جاؤ بچوں بیٹا بیٹھ جاؤ لنگر مل جائے گا بیٹھ جاؤ